ਹਰ ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੁਰਬ ਨੂੰ ਫਤਿਹਗੜ੍ਹ ਸਾਹਿਬ 'ਚ ਮਨਾਇਆ ਜਾਂਦਾ ਹੈ। ਇਸ ਵਾਰ ਵੀ 26 ਤੋਂ ਲੈ ਕੇ 30 ਤੱਕ ਇਹ ਸਾਰਾ ਸਮਾਗਮ ਜਿਹੜਾ ਸ਼ਹੀਦੀ ਸਭਾ ਦਾ ਉਹ ਮਨਾਇਆ ਜਾ ਰਿਹਾ, ਔਰ ਦੂਰ ਦੂਰ ਤੋਂ ਅਤੇ ਇਲਾਕਾ ਨਿਵਾਸੀ ਬਹੁਤ ਇੱਥੇ ਜਿਹੜੇ ਆਪਣੇ ਨਾਮ ਆਉਂਦੇ ਨੇ, ਉਹਨਾਂ ਦੀ ਸੁਵਿਧਾ ਵਾਸਤੇ, ਸਿਕਿਉਰਿਟੀ ਵਾਸਤੇ, ਉਹਨਾਂ ਦੇ ਸਾਰੇ ਦੇਖਣ ਵਾਸਤੇ ਅੱਜ ਅਸੀਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਸਾਰੇ ਆਫਿਸਰਸ ਦੇ ਨਾਲ ਮੀਟਿੰਗ ਕੀਤੀ ਹੈ। ਔਰ ਇਹ ਜਿਹੜਾ ਇੱਥੇ ਜਿਹੜਾ ਸਭਾ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਦਿਨ ਰਾਤ ਆਉਂਦੇ ਨੇ, ਉਹਨਾਂ ਦੀ ਫੈਸਿਲੀਟੇਸ਼ਨ ਵਾਸਤੇ ਅਸੀਂ ਬਹੁਤ ਸਾਰੇ ਕਦਮ ਚੁੱਕੇ ਆ, ਜਿਹਨਾਂ ਵਿੱਚੋਂ ਇੱਕ ਅਸੀਂ ਤਾਂ ਜਿਹੜੇ ਹੈ ਸ਼ਟਲ ਬੱਸ ਸਰਵਿਸ ਜਿਹੜੀ ਹੈ ਅਤੇ ਈ ਰਿਕਸ਼ਾਜ਼ ਵਗੈਰਾ ਕੀਤੇ ਨੇ, ਉਹਦੇ ਵਾਸਤੇ ਇਹਨੂੰ ਅਸੀਂ 4 ਜਿਹੜੇ ਰੂਟਸ ਕ੍ਰੀਏਟ ਕੀਤੇ ਨੇ ਤਾਂ ਕਿ ਜਿੱਥੋਂ ਵੀ ਜਿਹੜੇ ਸ਼ਰਧਾਲੂ ਆਉਣ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜਾ ਹੈ ਪਹੁੰਚਾਇਆ ਜਾਵੇ, ਔਰ ਇਹ ਫ੍ਰੀ ਸਰਵਿਸ ਹੋਏਗੀ ਔਰ ਦਿਨ ਰਾਤ ਚੱਲੇਗੀ। ਉਹਦੇ ਵਿੱਚ ਲਗਭਗ 75 ਦੇ ਨੇੜੇ ਤੇੜੇ ਬੱਸਿਸ ਨੇ ਔਰ 40 ਦੇ ਨੇੜੇ ਤੇੜੇ ਈ ਰਿਕਸ਼ਾਜ਼ ਨੇ, ਔਰ ਉਹਦੇ ਵਾਸਤੇ ਸਾਡੇ ਜਿਹੜੇ ਸਾਰੇ ਪ੍ਰਬੰਧ ਪੂਰੇ ਹੋਏ ਹੋਏ ਨੇ, ਔਰ ਸਾਰੇ ਹੀ ਜਿਹੜੇ ਸਿਕਿਉਰਿਟੀ ਐਂਗਲ ਤੋਂ ਅਸੀਂ ਇਹ ਸਾਰੇ ਨਗਰ ਨੂੰ 5 ਸੈਕਟਰਸ ਦੇ ਵਿੱਚ ਵੰਡ ਦਿੱਤਾ ਹੈਗਾ। 5 ਸੈਕਟਰਸ ਦੇ ਵਿੱਚ ਟੋਟਲ ਜਿਹੜੀ ਹੈਗੀ ਹੈ ਉਹਨਾਂ ਦੀ ਸੁਵਿਧਾ ਵਾਸਤੇ ਜਿਹੜੀ ਹੈ ਪਾਰਕਿੰਗ ਬਣਾਈ ਗਈਆਂ ਨੇ, ਜਿਹੜੇ ਜਿੱਥੇ ਕਿ ਉਹ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ ਨੇ। ਉਹਦੇ ਨਾਲ ਨਾਲ ਹੀ ਕੋਈ ਲਗਭਗ 12 ਇਹੋ ਜਿਹੀ ਜਗ੍ਹਾ ਹੈ ਜਿੱਥੇ ਕਿ ਅਸੀਂ ਇਨਫੋਰਮੇਸ਼ਨ ਸਿਸਟਮ ਹੈ, ਕੋਈ ਮੈਡੀਕਲ ਏਡ ਹੈ ਜਾਂ ਕੋਈ ਵੀ ਨੀਡ ਬੇਸਡ ਜਿਹੜੀ ਹੈ ਉਹ ਅਸੀਂ ਕੈਂਪ ਵਗੈਰਾ ਬਣਾਏ ਨੇ ਤਾਂ ਕਿ ਜੇ ਕੋਈ ਸ਼ਰਧਾਲੂ ਨੂੰ ਕਿਸੇ ਸਿਸਟਮ ਦੀ ਕੋਈ ਅਸਿਸਟੈਂਸ ਦੀ ਲੋੜ ਹੋਵੇ ਤਾਂ ਉਹ ਉੱਥੇ ਜਾ ਕੇ ਆਪਣਾ ਉਹ ਦੇਖ ਸਕਣ। ਔਰ ਸਾਰਾ ਟ੍ਰੈਫਿਕ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਕਰਨ ਵਾਸਤੇ, ਟ੍ਰੈਫਿਕ ਨੂੰ ਮੈਨੇਜ ਕਰਨ ਵਾਸਤੇ ਅਸੀਂ ਇੱਕ 1-ਵੇ ਰੂਟਸ ਕ੍ਰੀਏਟ ਕੀਤੇ ਤਾਂ ਕਿ ਜਿਹੜੀ ਉਹਦੀ ਕੰਜੈਸ਼ਨ ਨਾ ਹੋਵੇ ਔਰ ਉਹਨੂੰ ਅਸੀਂ ਬਿਲਕੁਲ ਪਬਲਿਸਾਈਡ ਕਰਾਂਗੇ। ਐਤਕੀ ਅਸੀਂ ਇਹ ਇੱਕ ਜਿਹੜੀ ਬੁੱਕਲੈਟ ਵੀ ਬਣਾਈ ਹੈਗੀ ਹੈ, SSP ਜਿਹੜੇ ਇੱਥੋਂ ਨੇ ਉਹਨਾਂ ਨੇ ਇਹਨੂੰ ਪਬਲਿਸ਼ ਵੀ ਕਰ ਰਹੇ ਹੈ, ਜਿਹਦੇ ਵਿੱਚ ਸਾਰੀ ਹੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਉਹ ਇਹਦੇ 'ਚ ਦਿੱਤੀ ਗਈ ਹੈ ਤਾਂ ਕਿ ਜਿਹੜੇ ਸੈਕਟਰਸ ਦੇ ਵਿੱਚ ਪਤਾ ਹੋਵੇਗਾ ਵੀ ਕਿੱਥੇ ਕੀ ਚੀਜ਼ ਹੈਗੀ ਹੈ, ਕਿੱਥੇ ਕੀ ਫੈਸਿਲੀਟੇਸ਼ਨ ਹੈਗੀ ਹੈ ਔਰ ਕਿਹੜੀ ਸੁਵਿਧਾ ਵਾਸਤੇ ਕਿਹੜੀ ਕਿਹੜੀਆਂ ਚੀਜ਼ਾਂ ਜਿਹੜੀਆਂ ਉਪਲਬਧ ਹੈਗੀਆਂ ਨੇ। ਇਹਦੇ ਨਾਲ ਨਾਲ ਜਿਹੜੀਆਂ ਫਰੋਮ ਸਿਕਿਉਰਿਟੀ ਐਂਗਲ ਵਾਸਤੇ ਤਾਂ ਕਿ ਸ਼ਰਧਾਲੂਆਂ ਨੂੰ ਜਿਹੜਾ ਹੈਗਾ ਕੋਈ ਦਿੱਕਤ ਨਾ, ਪਰੇਸ਼ਾਨ ਨਾ ਹੋਵੇ, ਲਗਭਗ 4,000 ਜਿਹੜੇ ਆ ਸਾਡੇ ਪੁਲਿਸ ਕਰਮੀ ਔਰ ਜਿਹੜੇ ਆਫਿਸਰਸ ਜਿਹੜੇ ਨੇ ਇਹਨਾਂ ਸਾਰੇ ਸੈਕਟਰਸ 'ਚ ਦਿਨ ਰਾਤ ਡਿਊਟੀ ਦੇਣਗੇ ਤਾਂ ਕਿ ਜਿਹੜਾ ਇਹ ਜਿਹੜਾ ਸਾਡਾ ਸਭਾ ਹੈਗੀ ਹੈ ਉਹ ਬਗੈਰ ਕਿਸੇ ਵਿਘਨ ਤੋਂ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਉਹ ਜਿਹੜੀ ਹੈ ਸੰਪੰਨ ਹੋਵੇ। ਹਾਂ ਦੇਖੋ, ਇਹਦੇ ਵਿੱਚ ਅਸੀਂ ਜਿਹੜੇ 5 ਸੈਕਟਰ ਬਣਾਏ ਨੇ ਉਹਦੇ ਵਿੱਚ ਅਸੀਂ 4,000 ਜਿਹੜੇ ਹੈ ਪੁਲਿਸ ਕਰਮੀ ਜਿਹੜੇ ਹੈ ਉਹ ਲਗਾਏ ਨੇ। ਉਹਦੇ ਵਿੱਚ ਕੋਈ ਲਗਭਗ 40 ਦੇ ਵਿੱਚ ਆਫਿਸਰਸ ਨੇ, SP ਰੈਂਕ ਦੇ, DSP ਰੈਂਕ ਦੇ ਇੰਸਪੈਕਟਰਸ ਨੇ, ਉਹ ਹਰ ਇੱਕ ਸੈਕਟਰ ਦੇ ਇੰਚਾਰਜ ਬਣਾਏ ਨੇ, ਉਹਨਾਂ ਦੇ ਕੈਂਪ ਕਮਾਂਡੈਂਟਸ ਵਗੈਰਾ ਬਣਾਏ ਨੇ। ਸੋ 4,000 ਪਲੱਸ ਇਸ ਤੋਂ ਇਲਾਵਾ ਜਿਹੜੀ ਸਾਡੀਆਂ ARPs ਨੇ ਉਹ ਸਾਰੀਆਂ ਇੱਥੇ ਅਸੀਂ ਮੁਹੱਈਆ ਕਰਾ ਰਹੇ ਹਾਂ। ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਸ਼ਹੀਦੀ ਸਭਾ ਨੂੰ ਲੈ ਕੇ? ਦੇਖੋ, ਇੱਦਾਂ ਕਿ ਅਸੀਂ ਇਹ ਬੁੱਕਲੈਟ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਦੀਆਂ, ਜੇ ਕੋਈ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਪੈ ਜਾਂਦੀ ਹੈ ਉਹ ਹੈਗਾ, ਜਾਂ ਕੋਈ ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ ਉਹਦੇ ਵਾਸਤੇ ਹੈ। ਸੋ ਉਹ ਸਾਰੀਆਂ ਚੀਜ਼ਾਂ ਅਸੀਂ ਡਿਫਾਈਨ ਕਰਕੇ ਹੈਲਪ ਨੰਬਰਸ ਵੀ ਜਿਹੜੇ ਆ ਇਸ਼ੂ ਕੀਤੇ ਹੈਗੇ। ਹਾਂਜੀ, ਇਹ ਸਿਕਿਉਰਿਟੀ ਐਂਗਲ ਤੋਂ CCTV ਕੈਮਰਾਜ਼ ਕੀਤੇ ਨੇ ਔਰ ਉਹਦੀ ਜਿਹੜੀ ਹੈ ਪਾਰਕਿੰਗ ਔਰ ਹੋਰ ਉਹਦੇ ਵਾਸਤੇ ਡਰੋਨ ਸਰਵੇਲੈਂਸ ਵੀ ਜਿਹੜੇ ਆ ਅਸੀਂ ਕਰ ਰਹੇ ਹਾਂ ਤਾਂ ਕਿ ਸਾਨੂੰ
ਸਾਡੇ ਕੈਂਪ ਦੇ ਵਿੱਚ ਪਤਾ ਲੱਗ ਜਾਵੇ, ਉੱਪਰੋਂ ਡਰੋਨ ਦੇ ਨਾਲ ਉਹਦੀ ਸਰਵਲੈਂਸ ਕੀਤੀ ਜਾਵੇ ਤਾਂ ਕਿ ਜੇ ਕੋਈ ਕਿਤੇ ਕੋਈ ਕੰਜੈਸ਼ਨ ਹੈ ਜਾਂ ਕਿਤੇ ਕੋਈ ਇਸ਼ੂ ਹੈ ਤਾਂ ਉਹ ਅਸੀਂ ਏਰੀਅਲ ਵਿਊ ਦੇ ਨਾਲ ਉਹਨੂੰ ਸੋਲਵ ਕਰ ਸਕੀਏ। ਅਤੇ ਜਿਹੜੇ ਸ਼ਰਧਾਲੂ ਰਿਆਨਗੇ ਨਤਮਸਤਕ ਹੋਣ ਉਹਨਾਂ ਲਈ ਕੀ ਅਪੀਲ ਕਰਨਾ ਚਾਹੁੰਦੇ? ਦੇਖੋ, ਸਭ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਸ਼ਹੀਦੀ ਦਿਹਾੜਾ ਬਹੁਤ ਹੀ ਜਿਹੜਾ ਇੰਪੋਰਟੈਂਟ ਹੈ, ਮਹੱਤਵਪੂਰਨ ਹੈ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਸਾਰਿਆਂ ਨੇ ਦਰਸ਼ਨ ਕਰਨੇ ਹੈ, ਮੱਥਾ ਟੇਕਣਾ ਹੈ ਔਰ ਬੜਾ ਸਹਿਜ ਸੁਭਾਅ ਦੇ ਨਾਲ ਕਰਨਾ। ਇਹ ਮੌਕਾ ਵੀ ਇਹੋ ਜਿਹਾ ਹੈਗਾ। ਅਸੀਂ ਸਾਰੇ ਆਫਿਸਰਸ ਨੂੰ ਵੀ ਇਹ ਕਿਹਾ ਕਿ ਬੜੇ ਨਿਮਰਤਾ ਦੇ ਨਾਲ ਔਰ ਬੜੇ ਸਹਿਜ ਭਾਅ ਦੇ ਨਾਲ, ਔਰ ਇਹ ਸ਼ਹੀਦੀ ਦਿਹਾੜਾ ਹੈਗਾ ਇਹਦੇ ਵਿੱਚ ਆਪਾਂ ਹੈ, ਔਰ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਸ਼ਰਧਾਲੂਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਏਗੀ। ਜਗ੍ਹਾ ਜਗ੍ਹਾ 'ਤੇ ਕੈਂਪਸ ਬਣਾਏ ਨੇ ਉਹਨਾਂ ਨੂੰ ਬਰੀਫ ਕਰਨ ਵਾਸਤੇ, ਉਹਨੂੰ ਏਡ ਕਰਨ ਵਾਸਤੇ ਹੈ। ਸੋ ਮੈਨੂੰ ਸਾਰਿਆਂ ਵਾਸਤੇ ਹੈ ਕਿ ਆਪਾਂ ਸ਼ਾਂਤੀ ਵੀ ਬਣਾਈ ਰੱਖਣੀ ਹੈ, ਸਹਿਜ ਸੁਭਾਅ ਵੀ ਰੱਖਣਾ ਹੈ, ਔਰ ਤਾਂ ਕਿ ਜਿਹੜਾ ਇਹ ਜਿਹੜਾ ਸ਼ਹੀਦੀ ਪੁਰਬ ਹੈਗਾ ਜਾਂ ਜਿਹੜਾ ਸਾਡਾ ਸਭਾ ਇਹ ਵਧੀਆ ਨਿਰਵਿਘਨ ਜਿਹੜੀ ਆ ਉਹ ਪੂਰੀ ਹੋਵੇ, ਔਰ ਸ਼ਰਧਾਲੂਆਂ ਨੂੰ ਵੀ ਆਪਣਾ ਪੂਰੇ ਜਿਹੜਾ ਨਮਸਤਕ ਹੋਣ ਵਾਸਤੇ ਪੂਰਾ ਮੌਕਾ ਮਿਲੇ। ਥੈਂਕ ਯੂ। ਪਬਲਿਕ ਦੀ ਫੈਸਿਲਿਟੀ ਲਈ ਕਿਹੜੇ ਨੰਬਰ ਵਗੈਰਾ ਜਾਰੀ ਕੀਤੇ ਗਏ ਆ? ਜੀ, ਪਬਲਿਕ ਦੀ ਫੈਸਿਲਿਟੀ ਲਈ ਸ਼ਹੀਦੀ ਸਭਾ ਦੇ ਵਿੱਚ 10 ਅੱਡ ਥਾਵਾਂ 'ਤੇ ਸਮਾਧਾਨ ਕੇਂਦਰ ਜੀ ਖੋਲ੍ਹੇ ਗਏ ਨੇ। ਇਹਦੇ ਵਿੱਚ ਜਿਹੜੇ ਪੁਲਿਸ ਕੰਟਰੋਲ ਰੂਮ 112 'ਤੇ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਹੋ ਜੇ ਕੋਈ ਕੰਪਲੇਂਟ ਜਨਰੇਟ ਹੁੰਦੀ ਹੈ, ਉਹਨੂੰ ਸਮਾਧਾਨ ਕੇਂਦਰ 'ਤੇ ਉਹਦੇ ਨਾਲ ਉੱਥੇ ਹੀ ਪੁਆਇੰਟ 'ਤੇ ਉੱਥੇ ਮੌਕੇ 'ਤੇ ਡੀਲ ਕੀਤਾ ਜਾਏਗਾ। ਇਹ ਜਿਹੜੇ ਸਮਾਧਾਨ ਕੇਂਦਰ ਨੇ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇੱਥੇ ਕਈ ਵਾਰੀ ਜਿਹੜਾ ਮੋਬਾਈਲ ਕਨੈਕਟੀਵਿਟੀ ਵੀਕ ਹੋ ਜਾਂਦੀ ਹੈ, ਤਾਂ ਇੱਥੇ ਵਾਇਰਲੈਸ ਕਨੈਕਟੀਵਿਟੀ ਵੀ ਹੈਗੀ ਹੈ ਅਤੇ ਇੱਥੇ ਹਾਈ ਸਪੀਡ ਇੰਟਰਨੈਟ ਹੈ ਜਿਹੜਾ ਉਹ ਵੀ ਅਵੇਲੇਬਲ ਹੈ। ਇਸ ਤਰੀਕੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਜੇ ਕਿਸੇ ਨੂੰ ਕੋਈ ਕੰਪਲੇਂਟ ਆਉਂਦੀ ਹੈ ਤਾਂ, ਕਿਉਂਕਿ ਉਹ ਆਪਣਾ ਮੋਬਾਈਲ ਯੂਜ਼ ਨਹੀਂ ਕਰ ਪਾਉਂਦੇ, ਇਹਦਾ ਲੌਜਿਕ ਇਹ ਸੀਗਾ, ਇਸ ਕਰਕੇ ਅਸੀਂ ਅੱਡ ਥਾਵਾਂ 'ਤੇ ਸਾਰਿਆਂ ਦੇ ਲਈ ਸਮਾਧਾਨ ਕੇਂਦਰ ਨੇ ਜਿਹੜੇ ਕਿ ਇੱਕ ਪੁਲਿਸ ਆਊਟਪੋਸਟ, ਜਿੱਦਾਂ ਕਿ ADGP ਸਾਹਿਬ ਨੇ ਦੱਸਿਆ, ਇੱਕ ਪੁਲਿਸ ਆਊਟਪੋਸਟ, ਇੱਕ ਮੈਡੀਕਲ ਹੈਲਪ ਡੈਸਕ ਅਤੇ ਇੱਕ ਇਨਫੋਰਮੇਸ਼ਨ ਸੈਂਟਰ, ਤਿੰਨੋਂ ਦੀ ਤਰ੍ਹਾਂ ਇਹ ਕੰਮ ਕਰਨਗੇ ਜੀ। ਇਹਦੇ ਬਾਰੇ ਜੀ DC ਸਾਹਿਬ ਨੇ ਜਿਹੜੇ ਨੇ ਆਰਡਰਸ, ਨੈਸੈਸਰੀ ਆਰਡਰਸ ਪਾਸ ਕਰਨੇ 144 ਦੇ ਜੀ।